ਕਰ ਜਾ ਕੰਮ ਕਰ ਵਾਰੇ ਤੂੰ ਕਾਲ ਉਗਣਾਨੀ ਬੋਲੋ ਭਾਈ ਜੀ ਰਾਜਾ ਪਰ ਜਾ ਕੰਮ ਕਰ ਤੂੰ ਕਾਲ ਬਣਾਨੀ ਰੇ ਕਾਲ ਬਣਾਨੀ ਰੇ ਤੂੰ ਕਾਲ ਬਣਾਨੀ ਰੇ ਤੂੰ ਕਾਲ ਬਣਾਨੀ ਰੇ ਐਸੋ ਕਾਲ ਵਡਾਨੀ ਐਸੋ ਕਾਲ ਵਡਾਨੀ ਰੇ ਕਾਲ ਵਡਾਨੀ ਐਸੋ ਕਾਲ ਵਡਾਨੀ ਰੇ ਰਾਜਾ ਪਰ ਜਾ ਕੰਮ ਕਰ ਮਾਰੇ ਤੂੰ ਕਾਲ ਉਗਣਾਨੀ ਰਾਜਾ ਪਰ ਜਾ ਕੰਮ ਕਰ ਮਾਰੇ ਤੂੰ ਕਾਲ ਉਗਣਾਨੀ ਰੇ ਧੂਪ ਦਿਓ ਤੋ ਬਿਨਸ ਹੈ ਪ੍ਰਭੂ ਆਜ ਕੇ ਮਾਲ ਨਾਨਕ ਹਰ ਗੁਣ ਗਾਏ ਨੇ ਸਾੜ ਸਗਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਮਾਤਾ ਜੀ ਦੀ ਅੰਤਮ ਅਰਦਾਸ ਦੇ ਵਿੱਚ ਜੋ ਵੀ ਰਾਜਨੀਤਿਕ ਦੈਨਿਕ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ। ਮਾਤਾ ਜੀ ਨੇ ਬੜੀ ਹਾਰਡ ਕਠਿਨ ਜ਼ਿੰਦਗੀ ਬਿਤਾ ਕੇ ਇਸ ਟਾਈਮ ਉਹਨਾਂ ਨੇ ਸਾਨੂੰ 101 ਸਾਲ ਦੀ ਜਿਹੜੀ ਉਮਰ ਸੀ ਉਹਨਾਂ ਨੇ ਸਾਡੇ 'ਤੇ ਇੰਨੀ ਕਿਰਪਾ ਰੱਖੀ ਹੈ ਕਿ ਸਾਨੂੰ 101 ਸਾਲ ਛਤਰਛਾਇਆ ਸਾਡੇ ਸਿਰ 'ਤੇ ਹੱਥ ਰੱਖਿਆ। ਸੋ ਗੁਰੂ ਮਹਾਰਾਜ ਮਾਤਾ ਜੀ ਨੂੰ ਸੁਰਗ ਵਿੱਚ ਵਾਸਾ ਦੇਣ, ਉਹਨਾਂ 'ਤੇ ਮਿਹਰ ਕਰਨ, ਮੇਰਾ ਭਰਿਆ ਸਿਰ 'ਤੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਦੇਖੋ ਪਿੰਡ ਰਕਬੇ ਤੋਂ ਸਰਦਾਰ ਪ੍ਰੇਮ ਸਿੰਘ ਜੀ ਦੇ ਜਿਹੜੀ ਪਤਨੀ ਮਾਤਾ ਅਮਰ ਸਿੰਘ ਕੌਰ ਜੀ ਦਾ ਜੋ ਅੱਜ 101 ਸਾਲ ਦੇ ਹੋ ਕੇ ਜੋ ਉਹਨਾਂ ਨੇ
ਪਿੰਡ ਦੀਆਂ ਕਠਿਨਾਈਆਂ ਤੋਂ ਜੋ ਜੀਵਨ ਸ਼ੁਰੂ, ਕਿਉਂਕਿ ਪ੍ਰੇਮ ਸਿੰਘ ਜੀ ਦੀ ਉਮਰ ਅਤੇ ਬਹੁਤ ਛੋਟੇ ਟਾਈਮ ਦੇ ਵਿੱਚ ਜੋ ਦੇਹਾਂਤ ਹੋ ਗਿਆ ਸੀਗਾ, ਉਹਨਾਂ ਤੋਂ ਬਾਅਦ ਪਿੰਡ ਦੇ ਵਿੱਚ ਬੇਬੇ ਜੀ ਨੇ ਜੋ ਬਾਗਡੋਰ ਸੰਭਾਲੀ ਔਰ ਜੋ ਬੱਚਿਆਂ ਨੂੰ ਜੋ ਜਹਾਂ ਉਹਨਾਂ ਨੇ ਆਸ਼ੀਰਵਾਦ ਪ੍ਰਦਾਨ ਕੀਤਾ ਔਰ ਗੁਰੂ ਸਿੱਖੀ ਦੇ ਨਾਲ ਜੋੜਿਆ ਔਰ ਕਿਰਤ ਕਮਾਈ ਦੇ ਨਾਲ ਜੋੜਿਆ ਔਰ ਅੱਜ ਉਹ ਲਾਸਾਂ ਮਿਸਾਲ ਦੇ ਰੂਪ ਦੇ ਵਿੱਚ ਅੱਜ ਕਰਮਸਰ ਪ੍ਰੋਡਕਟ ਦੇ ਨਾਂ ਦੇ ਉੱਪਰ ਇਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਹਨਾਂ ਦੇ ਇਹ ਮਿਹਨਤ ਸਦਕਾ ਉਹਨਾਂ ਨੇ ਆਖਰੀ ਸਾਹਾਂ ਤੱਕ ਜਿਹੜੇ ਆਪਣੇ ਕੰਮ ਔਰ ਕਿਰਤ ਨੂੰ ਪਹਿਲ ਦਿੰਦਿਆਂ ਹੋਇਆਂ ਰੋਜ਼ ਉਹਨਾਂ ਨੇ ਫੈਕਟਰੀ ਦੇ ਵਿੱਚ ਔਰ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਫਿਰ ਉਹਨਾਂ ਨੇ ਸੌਣਾ ਪੈਣਾ। ਇਹੀ ਗੁਰੂ ਮਹਾਰਾਜ ਦੀ ਜੋ ਉਹਨਾਂ ਨੂੰ ਬਖਸ਼ਿਸ਼ ਸੀਗੀ, ਉਹਨਾਂ ਦੇ ਆਸ਼ੀਰਵਾਦ ਸਦਕਾ ਇਹ ਬੱਚਿਆਂ ਦੀ ਫੁਲਵਾੜੀ ਵਧੀ। ਪਰਮਾਤਮਾ ਇਹਨਾਂ ਨੂੰ ਉਵੇਂ ਜਿਵੇਂ ਤਰੱਕੀਆਂ ਬਖਸ਼ੇ, ਉਸ ਮਾਤਾ ਦਾ ਜੋ ਆਸ਼ੀਰਵਾਦ ਸਦਾ ਉੱਪਰ ਰਹੇ। ਇੰਨੇ ਕਹਿੰਦੇ ਹੋਏ ਮੈਂ ਪਿੰਡ ਰਕਬਾ ਬਣੀਓ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਬਣੀਓ, ਕਿਉਂਕਿ ਉਹਨਾਂ ਨੇ ਛੋਟੇ ਟਾਈਮ ਦੇ ਵਿੱਚ ਗੁਰੂ ਜੋ ਦਮਦਮਾ ਸਾਹਿਬ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਆ, ਉੱਥੇ ਪੈਦਲ ਚੱਲ ਕੇ ਉਹਨਾਂ ਨੇ ਆਪਣੀ ਸੇਵਾ ਕੀਤੀ। ਉਵੇਂ ਜਿਵੇਂ ਆਪਣੇ ਬੱਚਿਆਂ ਨੂੰ ਉਹਨਾਂ ਨੇ ਉਸੇ ਰੂਪ ਦੇ ਵਿੱਚ ਉਹੀ ਪ੍ਰਧਾਨ ਸੇਵਾ ਦਿੱਤੀ। ਅਤੇ ਮੈਂ ਪਰਮਾਤਮਾ ਇਹਨਾਂ ਨੂੰ ਗੁਰੂ ਸਿੱਖੀ ਨਾਲ ਜੋੜੇ ਔਰ ਅੱਜ ਬਾਬਾ ਜੀ ਨੇ ਰਾੜਾ ਸਾਹਿਬ ਵਾਲੇ ਪਰਮਿੰਦਰ ਜੀ ਨੇ ਵੀ ਇਹਨਾਂ 'ਤੇ ਆ ਕੇ ਬਹੁਤ ਵਧੀਆ ਆਸ਼ੀਰਵਾਦ ਦਿੱਤਾ ਅਤੇ ਪਰਮਾਤਮਾ ਕਿਰਪਾ ਕਰੇ ਇਹ ਇਹਨਾਂ ਦੀ ਕਾਰੋਬਾਰ ਦੇ ਵਿੱਚ ਇੱਦਾਂ ਹੀ ਬੜੋਤਰੀ ਰਹੇ, ਸਦਾ ਇਹ ਚੜ੍ਹਦੀ ਕਲਾ ਵਿੱਚ ਰਹਿਣ, ਬੇਬੇ ਦਾ ਵੀ ਆਸ਼ੀਰਵਾਦ ਬਣਿਆ ਰਹੇ ਸਾਰੀਆਂ ਮਾਤਾਵਾਂ ਨੂੰ। ਔਰ ਦੂਸਰਿਆਂ ਨੂੰ ਇੱਕ ਸੰਦੇਸ਼ ਵੀ ਹੈ ਵੀ ਕਿਰਤ ਔਰ ਕਮਾਈ ਦੇ ਨਾਲ ਹੀ ਬੰਦੇ ਦਾ ਜੀਵਨ ਸਫਲ ਹੋ ਸਕਦਾ, ਉਵੇਂ ਜਿਵੇਂ ਸਾਰੀਆਂ ਫੁਲਵਾੜੀਆਂ ਘਰ ਦੀਆਂ ਅੱਗੇ ਚੱਲ ਸਕਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।